ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਰਾਜੋ ਬੋਲੂੰ ਗਰੁੱਪ ਦੀ ਫੋਟੋ ਕਰਾ ਲਈ ਫੋਨ ਬੰਦ ਕਰ ਦੇ ਫੋਨ ਸਾਈਲੈਂਟ ਕਰ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਭਰ ਦੇ ਸਕੂਲਾਂ ਵਿੱਚ ਅਧਿਆਪਕ ਮਾਪੇ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਾਰੇ ਪੰਜਾਬ ਵਿੱਚ ਇਹ ਮਿਲਣੀਆਂ ਕਰਾਈਆਂ ਜਾ ਰਹੀਆਂ ਨੇ ਪਰ ਅੱਜ ਨਵਾਂ ਪਿੰਡ ਰਾਮਗੜ੍ਹ ਦੇ ਸਕੂਲ ਵਿੱਚ ਜਿੱਥੇ ਬਰਾਮ ਸ਼ਰਮਾ ਜੀ ਪ੍ਰਿੰਸੀਪਲ ਨੇ ਅਤੇ ਸਰ ਲੇਹੜੀ ਤੋਂ ਪ੍ਰਿੰਸੀਪਲ ਸਾਹਿਬ ਜਿਹੜੇ ਨੋਡਲ ਅਫਸਰ ਨੇ ਸਰ ਹਰਜੀਤ ਸਿੰਘ ਜੀ ਸਰ ਬਲਜੀਤ ਸਿੰਘ ਜੀ ਉਹਨਾਂ ਦੀ ਰਹਿਨੁਮਾਈ 'ਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅਤੇ ਇਸ ਪ੍ਰੋਗਰਾਮ ਨੂੰ ਬਾਬਾ ਕਰਨੈਲ ਸਿੰਘ ਜੀ ਅਤੇ ਸਾਡੇ ਇਲਾਕੇ ਦੇ ਬਹੁਤ ਹੀ ਸੁਲਝੇ ਹੋਏ ਅਤੇ ਐਜੂਕੇਟਡ ਪਰਸਨ ਲੋਕਨਾਥ ਸ਼ਰਮਾ ਜੀ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਬਰਾਮ ਸ਼ਰਮਾ ਜੀ ਦੀ ਇਹ ਬੜੀ ਵੱਡੀ ਪਹਿਲ ਹੈ ਕਿ ਜਿੱਥੇ ਅਧਿਆਪਕ ਮਿਲਣੀ ਹੁੰਦੀ ਹੈ ਉੱਥੇ ਅਧਿਆਪਕਾਂ ਨਾਲ ਮਿਲਣੀ ਕਰਾ ਕੇ ਤਾਂ ਗੱਲਬਾਤ ਕਰਕੇ ਤਾਂ ਸਾਰੇ ਸਕੂਲਾਂ 'ਚ ਪ੍ਰੋਗਰਾਮ ਹੋ ਜਾਂਦੇ ਨੇ ਪਰ ਇੱਥੇ ਜਿਹੜਾ ਪ੍ਰੋਗਰਾਮ ਇਹਨਾਂ ਨੇ ਨਿਵੇਕਲਾ ਕੀਤਾ ਅੱਜ ਗੁਰੂ ਅਮਰਦਾਸ ਮਲਟੀ ਸਪੈਸ਼ਲਟੀ ਹੋਸਪਿਟਲ ਦੇ ਸਹਿਯੋਗ ਨਾਲ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਇੱਥੇ ਦਵਾਈਆਂ ਦੇ ਕੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਅਤੇ ਮੈਂ ਸਮਝਦਾ ਕਿ ਪ੍ਰਿੰਸੀਪਲ ਬਰਾਮ ਸ਼ਰਮਾ ਜੀ ਅਤੇ ਸਾਹਿਬ ਬਲਜੀਤ ਸਿੰਘ ਪ੍ਰਿੰਸੀਪਲ ਲਲਹੇੜੀ ਸਕੂਲ ਦੇ ਇਹਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਅਤੇ ਜਿਸ ਕਾਰਨ ਇਹ ਵੱਡਾ ਕੈਂਪ ਅੱਜ ਲਾਇਆ ਗਿਆ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਅਤੇ ਆਸ ਕਰਦਾ ਕਿ ਪਰਮਾਤਮਾ ਇਹਨਾਂ 'ਤੇ ਮਿਹਰ ਰੱਖੂਗਾ ਅਤੇ ਇਹਨਾਂ ਨੂੰ ਇਹ ਜਿਹੜੇ ਲੋਕ ਭਲਾਈ ਦੇ ਜਿੱਥੇ ਸਿੱਖਿਆ ਦਾਨ ਦੇ ਰਹੇ ਨੇ ਅੱਖਰ ਦਾਨ ਦੇ ਰਹੇ ਨੇ ਇਸ ਤੋਂ ਇਲਾਵਾ ਇਹ ਧਾਰਮਿਕ ਪ੍ਰੋਗਰਾਮ ਕਰਕੇ ਵੀ ਲੋਕਾਂ ਨੂੰ ਅਧਿਆਤਮ ਨਾਲ ਵੀ ਜੋੜਦੇ ਨੇ ਅਤੇ ਮੈਂ ਆਸ ਕਰਦਾ ਕਿ ਪਰਮਾਤਮਾ ਇਹਨਾਂ 'ਤੇ ਮਿਹਰ ਕਰੇਗਾ ਅਤੇ ਇਹਨਾਂ ਤੋਂ ਹੋਰ ਵੀ ਵਧੀਆ ਤੋਂ ਵਧੀਆ ਕਾਰਜ ਇਹਨਾਂ ਤੋਂ ਕਰਵਾਉਂਦਾ ਰਹੇਗਾ ਅਤੇ ਇੰਨੀ ਬੇਨਤੀ ਕਰਦਾ ਹਾਂ ਮੈਂ ਸਾਰੇ ਇੱਥੇ ਆਏ ਪਤਵੰਤੇ ਸੱਜਣਾਂ ਦਾ ਸਭ ਦਾ ਅਤੇ ਡਾਕਟਰ ਸਾਹਿਬਾਨ ਦਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਸਵਿੰਦਰ ਕੌਰ ਜੀ ਸਾਡੇ ਘਰ ਜਾਣ ਕਰ